ਕਿਹਾ ਜਾਂਦਾ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਇਸੇ ਤਹਿਤ ਅੰਮ੍ਰਿਤਸਰ ਗੁਰੂ ਦੀ ਨਗਰੀ ਵਿੱਚ ਅੰਮ੍ਰਿਤਸਰ ਵਾਸੀਆਂ ਵੱਲੋਂ ਮਕਬੂਲਪੁਰਾ ਗੁਰਦੁਆਰਾ ਅਮਰ ਚੱਕੀ ਬਾਬਾ ਜੀਵਨ ਸਿੰਘ ਜੀ ਦੇ ਗੇਟ ਬਾਹਰ ਦੀਵਾਲੀ ਦੇ ਪਾਵਨ ਪਵਿੱਤਰ ਤਿਉਹਾਰ ਦਾਲ ਰੋਟੀ ਅਤੇ ਖੀਰ ਦਾ ਅਟੂਟ ਲੰਗਰ ਲਗਾਇਆ ਗਿਆ। ਪਾਵਨ ਤਿਉਹਾਰ ਨੂੰ ਮਨਾਉਂਦੇ ਹੋਏ ਗੁਰੂ ਘਰ ਵਿੱਚ ਲੰਗਰ ਲਗਾਏ ਗਏ ਨੇ, ਜੋ ਅਟੁੱਟ ਲੰਗਰ ਵਰਤਾਏ ਜਾ ਰਹੇ ਨੇ। ਮੇਰਾ ਵੀਰ ਸੁਰਿੰਦਰ ਸਿੰਘ ਜੀ ਸਿੰਧਾ, ਜਿਹੜਾ ਉਹਨਾਂ ਪਰਿਵਾਰ ਵੱਲੋਂ ਵੀ ਸੇਵਾ ਕੀਤੀ ਗਈ ਹੈ ਲੰਗਰ ਦੀ, ਅਤੇ ਨਾਲ ਸਾਥੀ ਸਾਡੇ ਜਿੰਨੇ ਵੀ ਆ ਸੱਜਣ ਮਿੱਤਰ ਸਾਰੇ ਇਸ ਲੰਗਰ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਅਮਰ ਸ਼ਹੀਦ ਬਾਬਾ ਜੀਵ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਿਹਾੜਾ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਹੈ, ਜੋ ਕਿ ਬਾਬਾ ਸੰਗਤ ਸਿੰਘ ਨਗਰ ਦੀਆਂ ਸੰਗਤਾਂ ਨੇ ਉੱਥੇ ਲੰਗਰ ਵਰਤਾ ਕੇ ਸਾਰੀਆਂ ਸੰਗਤਾਂ ਨੂੰ ਔਰ ਵਧੀਆ ਰਾਹ ਦਿੱਤੇ। ਯੂਥ ਕਮੇਟੀ ਜਿਹੜੀ ਚੱਲ ਰਹੀ ਹੈ, ਮੈਂ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ। ਉਚਾਲੀਅਨ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਜੀਵੇ ਪੰਜਾਬ ਟੀਵੀ। ਜੀਵੇ